ਹੁਣ ਆਪਾਂ ਇੰਡੀਆ ਦੇ ਵਿੱਚ ਇਨਸੈਕਟੀਸਾਈਡ ਕਿਤਨੇ ਫਿਊਮਸ ਹੈ, ਕਿਤਨੇ ਹੋਰ ਬਿਮਾਰੀਆਂ ਨੂੰ ਮਾਰਨ ਲਈ ਆਪਾਂ ਮੱਛਰ ਵਾਸਤੇ ਵੀ ਕਿੰਨਾ ਕੁਛ ਕਰਦੇ ਹਾਂ, ਮੱਛਰ ਮਾਰਨ ਵਾਸਤੇ ਜਾਂ ਹੋਰ ਕੋਈ ਬਿਮਾਰੀ ਆ ਜਾਵੇ ਇੱਥੇ ਲਾ ਦਿੰਦੇ ਹਾਂ, ਹੋਰ ਤਾਂ ਹੋਰ ਜਾਂ ਪਸਾ ਲੈਂਦੇ ਹਾਂ, ਤਾਂ ਕਿ ਕਿਤਨੇ ਜਰਮ ਜਿਹੜੇ ਗਏ ਸਾਹ ਦੇ ਵਿੱਚ ਬੈਕਟੀਰੀਆ ਜਿਹੜੇ ਉਹ ਇੱਕ ਸਾਹ ਲੈਣ ਉਹ ਮਰ ਜਾਂਦੇ ਆ, ਕਾਂਟ ਸਟਾਪ ਇਟ ਕਹਿੰਦੇ ਹੈਂ। ਆਪਾਂ ਜੇ ਪਾਣੀ ਪੀਂਦੇ ਉਹਦੇ ਵਿੱਚ ਕਿੰਨੇ ਬੈਕਟੀਰੀਆ ਹੈਗੇ, ਉਹ ਅਸੀਂ ਪੀਂਦੇ ਉਹ ਸਾਡੇ ਸਰਮ ਦੇ ਅੱਗ ਨੂੰ ਸਾੜ ਦਿੰਦੀ ਹੈ, ਸੋ ਕਿਸ ਤਰ੍ਹਾਂ ਅਸੀਂ ਕਹਿ ਸਕਦੇ ਅਸੀਂ ਜੀਵਨ ਨੂੰ ਮਾਰਦੇ, everywhere day and night stuff automatically naturally sab cheez the creation is at the disposal of the superhuman being, that the king of the creation is at the disposal. Agar is ne kaim rakhne waste agar unhan di qurbani kiti jave ta koi guna nahi hai, aur assi nahi karde, eh sade layi nahi hai ki assi unhu guna hai ya nahi hai, oh to nature kar rahi hai, ਉਹਦਾ ਨੇਚਰ ਕਰ ਰਹੀ ਹੈ। ਅੱਛਾ ਹੁਣ ਇਹ ਗੱਲ ਇਹ ਹੈ ਕਿ ਨੇਚਰ ਸਭ ਕਰ ਰਹੀ ਹੈ, ਅਗਰ ਇਸ ਨੂੰ ਤੁਸੀਂ ਇੱਥੇ ਬਿਮਾਰੀ ਪੈ ਗਈ ਮੈਂ ਦੇਖਿਆ, ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦਿੰਦਾ, ਬੇਸ ਐਗਜ਼ਾਮਪਲ ਮੈਂ ਦੇ ਸਕਦਾ, ਇੱਕ ਐਗਜ਼ਾਮਪਲ ਇਹ ਹੈ ਕਿ ਇੱਕ ਵਾਰੀ ਮੇਰਾ ਦੋਸਤ ਸੀਗਾ, ਉਹ ਸੀਗਾ ਜੇ ਵੈਕਸੀਨ ਬਣਦੇ ਆ ਨਾ ਵੈਸ਼ਨ ਜਾਂ ਆਪਾਂ ਅਗੇਂਸਟ ਸਮਾਲ ਪੌਕਸ, ਉਸ ਵੈਸ਼ਨ ਬਣਾਉਣ ਵਾਲੇ ਡਿਪੋ ਸੀਗਾ, ਉਹ ਡਿਪੋ 'ਚ ਉਹ ਹੈੱਡ ਕਲਰਕ ਸੀਗਾ ਉਸ ਦਫ਼ਤਰ ਦਾ। ਮੈਂ ਕਿਹਾ ਤੁਹਾਡਾ ਕੰਮ ਕੀ ਕਰੇ ਜੀ, ਅਸੀਂ ਤਾਂ ਉਹ ਵੈਸ਼ਨ ਬਣਾਉਂਦੇ ਹਾਂ, ਕਿ ਵੈਸ਼ਨ ਕਿਵੇਂ ਬਣਾਉਂਦੇ ਹਾਂ ਸਮਝਿਆ ਨਾ, ਕਿਵੇਂ ਬਣਾਉਣੇ, ਕਹਿੰਦੇ ਅਸੀਂ ਪਿੰਡਾਂ ਵਿੱਚੋਂ ਕੱਟੇ ਖਰੀਦ ਲਏ ਸਸਤੇ ਜਿਹੇ, ਕੱਟਿਆਂ ਨੂੰ ਆਪਣੇ ਉਹ ਦੇ ਦਿੰਦੇ ਹਾਂ, ਡਿਸਪੋਜ ਕਰਦੇ, ਐਵੇਂ ਫੀਡਿੰਗ ਕਰਨੀ ਪੈਂਦੀ ਹੈ, ਦੇ ਦਿੰਦੇ ਹਾਂ, ਉਹ ਲਿਆ ਕੇ ਉਹਨਾਂ ਨੂੰ ਅਸੀਂ ਇੰਜੈਕਟ ਕਰਦੇ ਹਾਂ ਇਸ ਵੈਸ਼ਨ ਨਾਲ, ਉਹ ਇੰਜੈਕਟ ਕਰਨ ਨਾਲ ਉਹ ਸਾਰਾ ਸਰੀਰ ਉਹਨਾਂ ਦਾ ਪਸ ਨਾਲ ਭਰ ਜਾਂਦਾ, ਚਲੋ ਉਹ ਸਾਰਾ ਸਰੀਰ ਉਹਦਾ ਪਸ ਨਾਲ ਭਰ ਜਾਂਦਾ ਹੈ, ਅਤੇ ਉਹ ਅਸੀਂ ਦੇਖਦੇ ਹਾਂ ਵੀ ਹੁਣ ਇਹ ਸਾਰਾ ਸਰੀਰ ਪਸ, ਦੇਖੋ ਆਪਣੇ ਇੰਨੀ ਥਾਂ ਪਸ ਹੋਵੇ ਤਾਂ ਸਾਨੂੰ ਕਿੰਨੀ ਤਕਲੀਫ ਹੁੰਦੀ ਹੈ, ਜ਼ਖਮ ਹੋ ਜਾਏ ਪਸ ਨਾਲ ਭਰ ਜਾਵੇ, ਉਹ ਸਾਰਾ ਸਰੀਰ ਪਸ ਨਾਲ ਭਰ ਜਾਂਦਾ, ਉਹ ਭਰ ਜਾ ਫਿਰ ਅਸੀਂ ਦੇਖਦੇ ਹਾਂ ਪੱਕ ਗਏ ਠੀਕ ਹੈ, ਪੂਰੇ ਲਾਇਬ੍ਰੇਰੀ 'ਚ ਬੱਤੀ ਗਏ ਹਨਗੇ, ਅਤੇ ਫਿਰ ਅਸੀਂ ਡਰਾ ਕਰਕੇ ਉਹਨੂੰ ਬੰਦ ਕਰਕੇ, ਦੇਖੋ ਹੁਣ ਉਹਨੂੰ ਸੈਕਰੀਫਾਈਸ ਇੱਕ ਕੱਟੇ ਨੂੰ ਸੈਕਰੀਫਾਈਸ ਕਰਕੇ ਉਹ ਵੈਸੇ ਕਰਕੇ ਕਿਤਨੇ ਨੂੰ ਹੋਰ ਅਸੀਂ ਸੇਵ ਕਰਦੇ ਹਾਂ, ਅਤੇ ਹੁਣ ਇੱਥੇ ਪਾਪਨ ਇੱਥੇ ਕਿੱਥੇ ਰਿਹਾ ਦੱਸੋ, ਪਾਪਨ ਕੋਈ ਨਾ ਰਿਹਾ, ਪਰ ਉਹ ਤਾਂ ਕੁਦਰਤ ਕਰਾ ਰਹੀ ਹੈ, ਕੁਦਰਤ ਕਰਾ ਰਹੀ ਹੈ, ਉਹ ਤਾਂ ਕਹਿੰਦੇ ਉਹ ਜੀਵ ਨੂੰ ਜੀਵ ਸ਼ੇਰ ਦੂਸਰੇ ਜਾਨਵਰ ਕਰ ਕਰਦੇ, ਉਹ ਵੱਡੀਆਂ ਮੱਛੀਆਂ ਉਦੋਂ ਛੋਟੀਆਂ ਨੂੰ ਖਾ ਲੈਂਦੀ, ਉਦੋਂ ਛੋਟੀਆਂ ਨੂੰ ਖਾ ਲੈਂਦੀ ਹੈ, ਆ ਕੁੱਤੀ ਬਿੱਲੇ ਇਸ ਤਰ੍ਹਾਂ ਉਦੋਂ ਛੋਟੇ ਚੂਹੇ ਨੂੰ ਖਾਂਦਾ, ਉਹ ਚੂਹੇ ਹੋਰ ਕਿਸੇ ਨੂੰ ਖਾਂਦੇ, ਆ ਮੱਕੜੀ ਜਿਹੜੀ ਹੈ ਉਹ ਉਹਨਾਂ ਆਹਾਰ ਬਣਾਇਆ, ਰੱਬ ਨੇ ਬਣਾਇਆ ਉਹਨਾਂ ਦਾ ਆਹਾਰ, ਸੋ ਦੇਖੇ ਵੀ ਅਤੇ ਨੇਚਰ ਇਜ਼ ਕੈਰੀ ਔਨ ਲਾਈਕ ਦੈਟ, ਯੂ ਕਾਂਟ। ਅੱਛਾ ਸਾਨੂੰ ਪਾਪ ਕਿੱਥੋਂ ਆਇਆ, ਇਹ ਤਾਂ ਹੋਈ ਨਹੀਂ, ਇਹ ਨੇਚਰ ਹੋ ਰਿਹਾ, ਅਸੀਂ ਅਗਰ ਲਾਰਜ ਸਕੇਲ 'ਤੇ ਹੋ ਰਿਹਾ, ਨੈਚੁਰਲ ਹੋ ਰਿਹਾ, ਆਟੋਮੈਟਿਕ ਹੋ ਰਿਹਾ ਹੈ, ਜੇ ਅਸੀਂ ਵੀ ਇਨਸੈਕਟੀਸਾਈਡ ਬਣਾ ਲਏ ਹੈ ਤਾਂ ਉਹ ਉਹਦੇ ਅਨੁਸਾਰ ਹੀ ਹੋਇਆ ਨਾ, ਕਿਉਂ ਵਿਦ ਦੈਟ ਅਸੀਂ ਵੀ ਇਨਸੈਕਟੀਸਾਈਡ ਬੜਿਆ, ਹੁਣ ਐਗਰੀਕਲਚਰ ਵਾਲੇ ਜਾ ਕੇ ਯੂਨੀਵਰਸਿਟੀ ਦੇ ਵਿੱਚ ਇਤਨੇ ਨਵੇਂ ਨਵੀਆਂ ਉਹ ਦਵਾਈਆਂ ਬਣਾਉਂਦੇ ਆ, ਕਹਿੰਦੇ ਜੀ
ਅੱਲੋ ਨੂੰ ਆਹ ਬਿਮਾਰੀ ਲੱਗਦੀ, ਕਦੇ ਉਹਨੂੰ ਬਿਮਾਰੀ ਲੱਗ ਜਾਂਦੀ, ਕਣਕ ਨੂੰ ਇਹ ਬਿਮਾਰੀ ਲੱਗਦੀ, ਉਹਨੂੰ ਨਵੀਂ ਨਵੀਂ ਬਿਮਾਰੀਆਂ ਨਿਕਲ ਰਹੀਆਂ, ਨਵੇਂ ਨਵੇਂ ਇਨਸੈਕਟੀਸਾਈਡ ਬਣਾ ਰਹੇ ਆ, ਐਕਸਪੈਰੀਮੈਂਟ ਕਰ ਕਰਕੇ ਬਣਾ ਰਹੇ, ਬਸ ਸਾਡੇ ਵਾਸਤੇ, ਸਾਡੀਆਂ ਬਿਮਾਰੀਆਂ ਬਣਾਉਣ ਵਾਸਤੇ ਚੂਹਿਆਂ ਨੂੰ ਤੇ ਖਰਗੋਸ਼ਾਂ ਨੂੰ ਲਿਜਾ ਕੇ, ਮੰਕੀਸ ਨੂੰ ਲਿਜਾ ਕੇ ਉਹਨਾਂ 'ਤੇ ਐਕਸਪੈਰੀਮੈਂਟ ਕਰ ਰਹੇ ਜਾਂ ਤੁਸੀਂ ਮੰਨ ਗਏ, ਤਾਂ ਤੁਸੀਂ ਕਿਸ ਤਰ੍ਹਾਂ ਕਹੋਗੇ ਕਿ ਅਸੀਂ ਇਸ ਪਾਪ ਤੋਂ ਬਚ ਸਕਦੇ ਹਾਂ? ਇਹ ਪਾਪ ਹੈਗਾ, ਇਹ ਪਾਪ ਤੁਹਾਨੂੰ ਭਾਈ ਕਹਾਵਤ, ਇਹ ਤਾਂ ਕਹਾਵਤ ਹੈ, ਤੁਹਾਡੇ ਸਮਝ 'ਚ ਫਰਕ ਹੈ, ਤੁਹਾਡੀ ਅੰਡਰਸਟੈਂਡਿੰਗ 'ਚ ਫਰਕ ਹੈ, ਪਾਪ ਇਸ ਤਰ੍ਹਾਂ ਹੋਇਆ ਨਾ, ਇਹ ਤਾਂ ਜਨਰਲਾਈਜ਼ ਹੈ, ਜਨਰਲ ਪਬਲਿਕ ਸਾਰੀ ਦੁਨੀਆ ਵਾਸਤੇ ਭਲੇ ਵਾਸਤੇ ਹੈ, ਦੂਸਰੇ ਤੁਹਾਡੇ, ਹੁਣ ਆਪਾਂ ਲਈਏ ਪਾਪ ਕੀ ਚੀਜ਼ ਹੈ? ਹੁਣ ਜੋ ਪਰਸਨਲੀ ਸੀ, ਮੇਰਾ ਜੀ ਕੀਤਾ, ਮੇਰਾ ਜੀ ਪਿਆਜ ਮੁਰਗੀਆਂ ਮੀਟ ਖਾਈਏ, ਯੂ ਆਰ ਸੈਕਰੀਫਾਈਸ ਯੋਰ ਬਰਗਰ ਫੋਰ ਯੋਰ ਓਨ ਟੇਸਟ, ਦੇਅਰ ਯੂ ਆਰ, ਦ ਡਿਫਰੈਂਸ ਇਜ਼ ਦੇਅਰ, ਤੁਸੀਂ ਆਪਣੇ ਐਗਜ਼ਿਸਟੈਂਸ ਵਾਸਤੇ ਇੱਕ ਨੇਚਰ ਤੁਹਾਨੂੰ ਕਰਾ ਰਹੀ ਆ, ਦੇਖੋ ਜਿੰਨੀਆਂ ਕੀ ਚੀਜ਼ਾਂ ਬਣ ਰਹੀਆਂ ਹੈਗੀਆਂ ਸਾਰੀਆਂ, ਉਹ ਤੁਹਾਡੇ ਵਿੱਚ ਫਲ ਫਰੂਟ ਬਣ ਰਿਹਾ, ਕੁਦਰਤ ਇਹ ਪੈਦਾ ਕਰਦੀ, ਕਿਆ ਸੋਹਣੇ ਸੰਤਰੇ, ਕਿਆ ਸੋਹਣੇ ਐਪਲ ਹੈ, ਕਿਹਦੇ ਵਾਸਤੇ? ਤੁਹਾਡੇ ਵਾਸਤੇ ਹੈ ਨਾ, ਹਿਊਮਨ ਬੀਂਗ ਵਾਸਤੇ, ਇਹਨਾਂ ਨੂੰ ਹੋਰ ਜਾਨਵਰ ਤਾਂ ਨਹੀਂ, ਉਹ ਕੁੱਤੇ ਬਿੱਲੀਆਂ ਤਾਂ ਨਹੀਂ ਖਾਂਦੇ, ਕਿਆ ਸੋਹਣੇ ਕੁਦਰਤ ਪੈਦਾ ਕਰਦੀ ਹੈ, ਫੋਰ ਅਸ, ਉਹਦੇ 'ਚ ਵੀ ਉਹਦੇ 'ਚ ਲਾਈਵ ਵਾਇਰਸ ਹੈਗੇ, ਠੀਕ ਹੈ ਨਾ, ਅਸੀਂ ਕਿਸ ਤਰ੍ਹਾਂ ਕਹਿ ਸਕਦੇ? ਮਗਰ ਜਦੋਂ ਅਸੀਂ ਪਰਟੀਕੁਲਰਲੀ ਆਪਣੇ ਸਵਾਦ ਵਾਸਤੇ ਗੱਲ ਸੁਣੋ, ਇੱਕ ਹੋਰ ਗੱਲ, ਇੱਥੇ ਪਾਪ ਪੁੰਨ ਦੀ ਗੱਲ ਹੈ ਕਿ ਜਦੋਂ ਬਿੱਲੀ ਨੂੰ ਇੰਸਟਿੰਕਟ ਦਿੱਤੀ, ਇੱਕ ਇੰਸਟਿੰਕਟ ਹੈ, ਰੱਬੀ ਹੁਕਮ ਹੈ ਉਹਨੂੰ ਕਿ ਚੂਹਾ ਖਾਣਾ, ਚੂਹੇ ਨੂੰ ਖਾਣਾ, ਠੀਕ ਹੈ ਨਾ, ਉਹ ਇੰਸਟਿੰਕਟ ਹੈ ਉਹਦੀ, ਹੁਣ ਇੰਸਟਿੰਕਟ ਰੱਬ ਨੇ ਬਣਾਈ ਹੈ ਨਾ, ਉਸ ਇੰਸਟਿੰਕਟ ਰੱਬ ਨੇ ਉਹਨੂੰ ਹੁਕਮ ਦਿੱਤਾ ਕਿ ਉਹ ਕਰਨਾ, ਉਹ ਹੁਣ ਜੇ ਕਰਦਾ, ਉਹ ਹੁਕਮ ਅੰਦਰ ਕਰ ਰਿਹਾ, ਬਿੱਲੀ ਖਾਂਦੀ ਚੂਹੇ ਨੂੰ, ਉਹ ਪਾਪ ਕਿਸ ਤਰ੍ਹਾਂ ਹੋ ਸਕਦਾ? ਉਹ ਨਹੀਂ ਹੋ ਸਕਦਾ, ਕਿਉਂਕਿ ਉਹਨੂੰ ਹੁਕਮ ਹੈ, ਉਹਨੂੰ ਉਹ ਜਿਹੇ ਦੰਦ ਦਿੱਤੇ, ਸ਼ੇਰ ਹੈ, ਵਿਗਿਆਰ ਹੈ, ਇਹਨੂੰ ਉਹੋ ਜਿਹੇ ਦੰਦ ਦਿੱਤੇ, ਉਹੋ ਜਿਹਾ ਮੇਧਾ ਦਿੱਤਾ ਹੈ ਕਿ ਉਹ ਕੱਚੇ ਮਾਸ ਨੂੰ ਮੱਝਾਂ ਗਾਈਆਂ ਅਸੀਂ ਰੱਖਦੇ ਹਾਂ, ਕਿਤੇ ਟੁਕੜਾ ਮਾਸ ਦਾ ਜਾਂ ਕਿਤੇ ਟੁਕੜਾ ਹੱਡੀ ਦਾ ਜੇ ਤੁਸੀਂ ਉਹਦੇ ਸੰਨੀ ਬਣਾਉਂਦੇ ਹਾਂ, ਕਿਤੇ ਆ ਜਾਂਦਾ ਹੈ, ਆ ਜਾਵੇ ਜਾਂ ਘਾਹ ਦੇ ਵਿੱਚ ਆ ਜਾਵੇ, ਉਹ ਪਸ਼ੂ ਖਾਂਦਾ ਨਹੀਂ ਹੈ, ਉਹਨੂੰ ਬੁੱਥੀ ਨਾਲ ਕਰੇ ਪਸ਼ਤ ਕਰ ਦਿਓ, ਜਦੋਂ ਤੁਸੀਂ ਦੇਖੋਗੇ ਰੁੱਖ ਨਾਲ ਲੱਗਿਆ, ਉਹਨੂੰ ਹੁਕਮ ਨਹੀਂ ਹੈ ਖਾਣ ਦਾ, ਮਾਸ ਜਾਣ ਕਰੋ ਨਹੀਂ ਹੈ ਖਾਣ, ਉਹ ਕੁੱਤਾ ਖਾ ਜਾਏ, ਕੁੱਤੇ ਨੂੰ ਉਹੋ ਜਿਹੇ ਦੰਦ ਦਿੱਤੇ, ਉਹੋ ਜਿਹਾ ਮਿੱਧ ਦਿੱਤਾ, ਉਹਨਾਂ ਨੂੰ ਘਾਹ ਖਾਣ ਵਾਸਤੇ ਉਹੋ ਜਿਹਾ ਮਿੱਧ ਦਿੱਤਾ, ਉਹੋ ਜਿਹੇ ਦੰਦ ਦਿੱਤੇ, ਸੋ ਹਿਊਮਨ ਬੀਂਗ ਜਿਹੜਾ ਇਸ ਨੂੰ ਮਾਸ ਖਾਣ ਵਾਸਤੇ ਨਾ ਉਹ ਦੰਦ ਦਿੱਤੇ ਨਾ ਉਹ ਮਿੱਧ ਦਿੱਤੇ, ਜਿਹੜੇ ਖਾਂਦੇ ਹੈ ਇਹ ਸਭ ਬਹੁਤ ਖਾਂਦੇ ਆ, ਇਹਨਾਂ ਦੇ ਦੰਦ ਨਹੀਂ ਹੈ, ਮਗਰ ਇਹ ਸਵਾਦ ਲਈ ਵੀ ਨਹੀਂ ਖਾਂਦੇ, ਇਹਨਾਂ ਨੂੰ ਫੂਡ ਨਹੀਂ ਆਉਣਾ, ਇਹ ਫੂਡ ਨਹੀਂ ਹੈ, ਉਹ ਫੂਡ ਪੂਰਾ ਕਰਨ ਵਾਸਤੇ ਮਾਸ ਖਾਣਾ ਪੈਂਦਾ ਹੈਗਾ, ਮਗਰ ਹੁਣ ਤਾਂ ਬਥੇਰਾ ਫੂਡ ਹੋ ਗਿਆ ਦੁਨੀਆਂ 'ਤੇ, ਮਗਰ ਫਿਰ ਵੀ ਆਦਤ ਸਹੀ ਹੈ, ਮਗਰ ਦੇਖੋ ਜਿਹੜੇ ਮਾਸ ਖਾਣ ਵਾਲੇ ਆ ਉਹਨਾਂ ਨੂੰ ਇੱਕ, ਉਹਨਾਂ ਨੂੰ ਕੈਂਸਰ ਆਫ ਦ ਸਟੋਮਿਕ, ਕੈਂਸਰ ਆਫ ਦ ਇੰਟਸਟਾਈਨ, ਬਹੁਤ ਇੰਸੀਡੈਂਟ ਹੈਗੇ, ਪਰਸੈਂਟੇਜ ਜ਼ਿਆਦਾ ਹੈਗੀ, ਇਸ ਕਰਕੇ ਅਸੀਂ ਅਗੇਂਸਟ ਨੇਚਰ, ਜਦੋਂ ਸਾਨੂੰ ਬਣਾਇਆ ਨਹੀਂ ਹੈ ਮਾਸ ਖਾਣ ਵਾਸਤੇ, ਅਸੀਂ ਜਦੋਂ ਖਾਂਦੇ ਹਾਂ ਦੈਟ ਮੀਨਸ ਅਸੀਂ ਹੁਕਮ ਦੀ ਅਦੂਲੀ ਕਰਦੇ ਹਾਂ, ਇੱਥੇ ਹੈ ਹੁਕਮ ਦਾ ਕਾਰ, ਹੁਕਮ ਦੀ ਕਾਰ, ਜਿਤਨੀ ਕਾਇਨਾਤ ਹੈ ਸਾਰਿਆਂ ਨੂੰ ਅੱਡ ਵੰਡਿਆ ਹੋਇਆ, ਮਾਸ ਆਹਾਰ ਵਾਲੇ ਅਤੇ ਵੈਜੀਟੇਬਲ ਆਹਾਰ ਵਾਲੇ ਰੱਬ ਨੇ ਵੰਡਿਆ ਹੋਇਆ, ਰੱਬ ਨੇ ਵੰਡਿਆ ਹੋਇਆ, ਤੁਸੀਂ ਜਿਹੜੇ ਵੈਜੀਟੇਬਲ ਖਾ, ਘਾਹ ਫੂਸ ਖਾਣ ਵਾਲੇ ਪਸ਼ੂ ਮਾਸ ਕਦੇ ਨਹੀਂ ਖਾਣਾ, ਮਾਸ ਖਾਣ ਵਾਲੇ ਘਾਹ ਫੂਸ ਨਹੀਂ ਖਾਣਾ, ਵੰਡਿਆ ਰੱਬ ਨੇ ਵੰਡਿਆ, ਸੋ ਸਾਨੂੰ ਹਿਊਮਨ ਬੀਂਗ ਨੂੰ ਘਾਹ ਖਾਣ ਵਾਲੇ ਯਾਨੀ ਵੈਜੀਟੇਬਲ ਖਾਣ ਵਾਲੇ ਵਾਸਤੇ ਬਣਾਇਆ, ਅਸੀਂ ਅਸੀਂ ਹੁਕਮ ਅਦੂਲੀ ਕਰਕੇ
ਹੁਕਮ ਜਿਹੜਾ ਹੈ ਬੰਦੇ ਨਾਨਕ, ਅੱਜ ਮੇਰੀ ਤੁੱਕ ਸੁੱਤੇ ਦਿਨ ਨੂੰ ਤੁੱਕ ਯਾਦ, ਬੰਦੇ ਨਾਨਕ ਹੁਕਮ ਪਛਾਣੇ ਤਾਂ ਕਿ ਹੁੰਦਾ ਸੁੱਖ ਹੋਵੇ ਦਿਨ, ਅੱਜ ਮੇਰੀ ਤੁੱਕ ਅਚਾਨਕ ਦਿਮਾਗ ਦੇ ਵਿੱਚੋਂ ਜਿਵੇਂ ਸਕੀਮ ਦਿੱਤੀ ਕੋਈ ਆ ਜਾਂਦੀ ਨੇ, ਇਉਂ ਆਈ ਅੱਜ ਪੈ ਪੈਂਦਾ ਬੰਦੇ ਨਾਨਕ ਹੁਕਮ ਪਛਾਣੇ ਸੁੱਖ ਹੋਵੇ ਦਿਨ ਰਾਤੀ। ਇਸ ਹੁਕਮ ਨੂੰ ਪਛਾਣਾ, ਇਹ ਡਿਸਕ੍ਰਿਮੀਨੇਸ਼ਨ ਕਰਨੀ ਹੈ, ਇਹ ਤੁਸੀਂ ਡਿਵਾਈਡਿੰਗ ਲਾਈਨ ਨੂੰ ਪਛਾਣਨਾ ਹੈ ਕਿ ਅਸੀਂ ਕਿਸ ਕੈਟੇਗਰੀ ਨੂੰ ਬਿਲੋਂਗ ਕਰਦੇ ਹਾਂ, ਤੇ ਫਿਰ ਉਹ ਤੁਸੀਂ ਉਸ ਨੂੰ ਤਾਂ ਫਿਰ ਤੁਹਾਡੇ ਵਾਸਤੇ ਕੋਈ ਬਿੱਲੀ ਨੂੰ ਚੂਹਾ ਮਾਰਨਾ ਕੋਈ ਉਹਦੇ ਵਾਸਤੇ ਪਾਪ ਨਹੀਂ। ਹਾਂ ਤੁਸੀਂ ਇਨਸੈਂਟਿਵ ਤੁਸੀਂ ਕਹੋਗੇ ਅਸੀਂ ਬ੍ਰਾਹਮਣ ਨੂੰ, ਦੇਖੋ ਜੀ ਬ੍ਰਾਹਮਣਾਂ ਨੇ ਸਾਨੂੰ ਇੰਨਾ ਜੈਨ ਤੇ ਸਾਹ, ਉਹ ਬਈ ਤੁਸੀਂ ਸਾਹ ਨੂੰ ਤਾਂ ਐਂ ਰੋਕ ਲਓਗੇ, ਜਿਹੜੇ ਅੰਦਰ ਤੁਹਾਡੇ ਸਾਹ ਲੈਂਦੇ ਹੋ ਉਹ ਵਾਪਸ ਤਾਂ ਜਾਂਦਾ ਹੈ ਨਾ, ਅੰਦਰ ਜਾਣ ਨਾਲ ਉਹ ਮਰ ਜਾਂਦੇ ਜਨਮ ਹਵਾ ਚ ਹੈਗੇ, ਇਟ ਇਜ਼ ਬੀਨ ਪ੍ਰੂਵਡ ਬਾਈ ਸਾਇੰਸ ਦੈਟ ਹਵਾ ਦੇ ਵਿੱਚ ਵੀ ਜਨਮ ਹੈਗੇ, ਉਹ ਮਰ ਜਾਂਦੇ, ਤੁਸੀਂ ਨੰਗੇ ਚੱਲਦੇ ਹੋ ਪੈਰ ਕਿਤੇ, ਇਹ ਉਹ ਨੰਗੇ ਚੱਲਦੇ ਜੁੱਤੀ ਨਾ ਪਾਈ ਤਾਂ ਕੀ ਹੋ ਗਿਆ ਪੈਰਾਂ ਹੇਠ, ਤਾਂ ਫਿਰ ਵੀ ਉੱਥੇ ਜਨਮ ਹੈਗੇ। ਕਿਤਨੀ ਫਾਲਸ ਇਹਨਾਂ ਦੀ ਅੰਡਰਸਟੈਂਡਿੰਗ ਹੈਗੀ, ਨੇਚਰ ਨੂੰ ਸਮਝਦੇ ਨਹੀਂ ਹੈ, ਤੁਸੀਂ ਰੱਬ ਨਹੀਂ ਜਾਣਦੇ, ਨੇਚਰ ਨੂੰ ਤਾਂ ਸਮਝਣ ਦੀ ਕੋਸ਼ਿਸ਼ ਕਰੋ, ਨੇਚਰ ਨੂੰ ਵੀ ਨਹੀਂ ਸਮਝਿਆ ਰੱਬ ਤੱਕ ਪਾਸ ਰਿਹਾ, ਰੱਬ ਦੇ ਵਿੱਚ ਬਣਾਈਏ, ਰੱਬ ਨੂੰ ਸਮਝਣਾ ਤਾਂ ਬਹੁਤ ਮੁਸ਼ਕਿਲ ਹੈ, ਨੇਚਰ ਨੂੰ ਸਮਝ ਕੇ। ਸੋ ਇੱਥੇ ਪਾਪ ਹੁੰਦਾ, ਪਾਪ ਹੁਣ ਤਾਂ ਇੱਕੋ ਹੀ ਹੈ ਕਿ ਹੁਕਮ ਤੋਂ ਬਾਹਰ ਜਾਈਏ ਤਾਂ ਉਹ ਪਾਪ ਹੈ, ਜੇ ਹੁਕਮ ਦੇ ਅੰਦਰ ਰਹੀਏ ਤਾਂ ਉਹ ਪੁੰਨ ਹੈ।